ਤਾਂ ਹੋਲੇ ਮਹੱਲੇ ਨੂੰ ਲੈ ਕੇ ਜਿੱਥੇ ਦੂਰ ਦੁਰਾਡੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਗੁਰੂ ਘਰ ਦੇ ਵਿੱਚ, ਉੱਥੇ ਖੁਸ਼ੀਆਂ ਪ੍ਰਾਪਤ ਕੀਤੀ ਜਾ ਰਹੇ ਨੇ। ਸਾਡੇ ਨਾਲ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰ ਪਾਲ ਸਿੰਘ ਜੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਬਾਬਾ ਜੀ, ਹੋਲੇ ਮਹੱਲੇ ਨੂੰ ਲੈ ਕੇ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ? ਵੇਖੋ, ਸਭ ਤੋਂ ਪਹਿਲਾਂ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀ ਜੋ ਸਾਨੂੰ ਅੰਤਮ ਰੂਪ ਦਿੱਤਾ ਖਾਲਸੇ ਦੇ ਰੂਪ ਅੰਦਰ, ਇਸ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਨੂੰ ਰੂਹਾਨੀਅਤ ਤੌਰ 'ਤੇ ਉੱਤੇ ਲਿਜਾਂਦਾ ਹੈ, ਉੱਥੇ ਜ਼ਰੂਰੀ ਹੈ ਸ਼ਸਤਰ ਵਿੱਦਿਆ ਦਾ ਅਭਿਆਸ। ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਸ਼ਸਤਰ ਪਾਏ, ਲੋਕਾਂ ਬੜਾ ਤਰਕ ਕੀਤਾ, ਪਰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਜੇਕਰ ਵਾੜ ਨਹੀਂ ਕਰੋਗੇ ਤਾਂ ਕੀਮਤੀ ਫਸਲ ਉੱਜੜ ਜਾਏਗੀ। ਵਾੜ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਜਿਹੜਾ ਸ਼ਸਤਰ ਹੈ, ਇਹ ਧਰਮ ਦੀ ਰਾਖੀ ਵਾਸਤੇ ਵਾੜ ਹੈ, ਇਹ ਜ਼ੁਲਮ ਦਾ ਸੂਚਕ ਨਹੀਂ। ਗੁਰੂ ਘਰ 'ਚ ਜੋ ਸ਼ਸਤਰ ਹੈ, ਇਸ ਦਾ ਬਹੁਤ ਵੱਡਾ ਥਾਂ ਹੈ ਜੀ। ਸਤਿਗੁਰਾਂ ਨੇ ਇਹ ਸ਼ੁਰੂਆਤ ਕੀਤੀ ਹੋਲਾ ਮਹੱਲਾ ਤੋਂ। ਹੋਲਾ ਦਾ ਅਰਥ ਹੈ ਹਮਲਾ ਅਤੇ ਮਹੱਲਾ ਦਾ ਅਰਥ ਹੈ ਥਾਂ। ਇਹਦਾ ਅਰਥ ਹੈ ਹਮਲਾ ਅਤੇ ਹਮਲੇ ਦੀ ਥਾਂ, ਇਹ ਦੋ ਲਫਜ਼ਾਂ ਨਾਲ ਬਣਿਆ। ਜੋ ਹੋਲਾ ਖੱਲਾ ਮਹੱਲਾ ਦਾ ਅਰਥ ਹੈ ਥਾਂ। ਇੱਕ ਜਗ੍ਹਾ ਮੁਕਰਰ ਕੀਤੀ ਜਾਂਦੀ ਸੀ, ਇੱਕ ਜਥਾ ਉੱਥੇ ਕਾਬਜ ਹੁੰਦਾ ਸੀ, ਦੂਸਰਾ ਉੱਥੇ ਹਮਲਾ ਕਰਕੇ ਛੁਡਾਉਂਦਾ ਸੀ। ਅਤੇ ਮਹਾਰਾਜ ਇਸ ਲੜਾਈ ਵਿੱਚ ਜਿਹੜੇ ਜਿੱਤਦੇ ਸਨ ਉਹਨਾਂ ਨੂੰ ਸਤਿਗੁਰੂ ਸਰਪਾਓ ਦਿੰਦੇ ਹੁੰਦੇ ਸਨ। ਇਉਂ ਕਹਿ ਲਓ ਹਰ ਸਾਲ ਕੌਮ ਦੀ ਚੜ੍ਹਦੀ ਕਲਾ ਲਈ, ਕਿ ਸਾਡੇ ਖੂਨ ਨੂੰ ਖੂਨ ਵਿੱਚ ਗਰਮੈਸ਼ ਪੈਦਾ ਕਰਨ ਲਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਕੌਮੀ ਤਿਉਹਾਰ ਦਿੱਤਾ ਹੈ। ਇਹ ਹੋਲੀ ਤੋਂ ਵੱਖਰਾ ਹੈ। ਸਿੰਘ ਸਾਹਿਬ, ਤੁਸੀਂ ਜ਼ਿਕਰ ਕੀਤਾ ਮੰਚ ਤੋਂ ਕਿ 7 ਦਿਨ ਦਾ ਪਹਿਲਾਂ ਗੁਰੂ ਸਾਹਿਬਾਨ ਮਨਾਇਆ ਕਰਦੇ ਸੀ ਹੋਲਾ ਮਹੱਲਾ, ਉਸ ਨੂੰ ਲੈ ਕੇ ਅੱਜ ਦੇ ਹੋਲੀ ਮਹੱਲੇ ਲੈ ਕੇ ਕੀ ਕਹੋਗੇ? ਨਹੀਂ, ਅੱਜ ਵੀ ਤਕਰੀਬਨ 7 ਦਿਨ ਹੋ ਗਏ। ਆ ਤੁਸੀਂ ਦੇਖੋ ਕਿੰਨੇ ਦਿਨਾਂ ਤੋਂ ਸ਼ੁਰੂ ਹੋਇਆ, ਕਿਉਂ ਕਈ ਵਾਰੀ ਕਹਿੰਦੇ ਨਾ ਵੀ ਇਹ 1 ਦਿਨ ਹੁੰਦਾ ਸੀ, 1 ਦਿਨ ਨਹੀਂ ਸੀ ਹੁੰਦਾ, ਇਹ ਬਕਾਇਦਾ 7 ਦਿਨ ਚੱਲਦਾ ਹੁੰਦਾ ਸੀ। ਇਹਦੇ ਵਿੱਚ ਹੁਕਮਨਾਮੇ ਭੇਜ ਕੇ ਸੰਗਤ ਬੁਲਾਈ ਜਾਂਦੀ ਸੀ। ਮਹਾਰਾਜ ਇੱਥੋਂ ਤੱਕ ਇੱਕ ਹੁਕਮਨਾਮੇ 'ਚ ਲਿਖ ਲਿਆ, ਸ਼ਸਤਰ ਸਜਾ ਕੇ ਦਰਸ਼ਨਾਂ ਨੂੰ ਆਵਣਾ, ਮੈਂ ਤੁਸਾਂ ਉੱਪਰ ਨਿਹਾਲ ਹੋਗ। ਤੁਸੀਂ ਸ਼ਸਤਰ ਬੰਨ ਕੇ ਆਇਆ ਜੇ, ਇਹ ਬਕਾਇਦਾ ਇਕੱਲਾ ਇਹ ਘੋੜ ਸਵਾਰੀ ਨੇਜ਼ਾਬਾਜ਼ੀ ਨਹੀਂ, ਇਹਦੇ ਵਿੱਚ ਰੂਹਾਨੀ ਦੀਵਾਨ ਸਜਦਾ ਹੁੰਦਾ ਸੀ। ਜਿਵੇਂ ਅੱਜ ਤੱਕ ਤਾਂ ਹੁਣ ਬੜੀ ਖੁਸ਼ੀ ਹੈ ਕਿ ਦੱਸ ਰਿਹਾ ਸਿੰਘ ਚਾਵਲਾ ਸਾਹਿਬ ਵੀ ਹੁਣ ਤਕਰੀਬਨ 6-7 ਦਿਨ ਇਹ ਦੀਵਾਨ ਸਜਦਾ ਜੀ। ਕਿ ਸਮੇਂ ਨੂੰ ਲੈ ਕੇ ਕੀ ਸੰਦੇਸ਼ ਦੇਣਾ ਚਾਹੋਗੇ, ਜਿਸ ਹਿਸਾਬ ਦੇ ਨਾਲ ਘੱਟ ਗਿਣਤੀਆਂ ਨੂੰ ਖਾਸ ਤੌਰ 'ਤੇ ਟਾਰਗੇਟ ਕੀਤਾ ਜਾ ਰਿਹਾ, ਅਜੋਕੇ ਸਮੇਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਵੇਖੋ, ਇਹ ਸ਼ੁਰੂ ਤੋਂ ਰਿਹਾ ਹੈ, ਜਿਸ ਕਾ ਰਾਜ ਤਿਸੀ ਕਾ ਸੁਪਨਾ, ਪਰ ਸੱਚਾਈ ਕਦੀ ਮਰਦੀ ਨਹੀਂ ਹੁੰਦੀ। ਸ਼ੇਰ ਬਿਲਕੁਲ ਘੱਟ ਹੀ ਹੁੰਦਾ ਜੰਗਲ ਵਿੱਚ, ਮਿਰਗਾਂ ਦੀਆਂ ਡਾਰਾਂ ਹੁੰਦੀਆਂ ਨੇ, ਪਰ ਅਖੀਰ 'ਤੇ ਸ਼ੇਰ ਦੀ ਫਤਿਹ ਹੁੰਦੀ। ਠੀਕ ਹੈ ਬਾਬਾ, ਧੰਨਵਾਦ ਗਿਆਨੀ ਜੀ। ਤਾਂ ਇਹ ਸਨ ਗਿਆਨੀ ਪਿੰਦਰਪਾਲ ਜਿਨ੍ਹਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਸ਼ੇਰਾਂ ਦੀ ਕੌਮ ਕਦੇ ਨਹੀਂ ਪਿੱਛੇ ਮੁੜਦੀ ਹੁੰਦੀ ਲਗਾਤਾਰ। ਹਾਲਾਂਕਿ ਉਹਨਾਂ ਨੇ ਹੋਰ ਵੀ ਸੰਦੇਸ਼ ਦਿੱਤੇ ਨੇ ਹੋਲੇ ਮਹੱਲੇ ਦਾ, ਖਾਸ ਤੌਰ 'ਤੇ ਉਹਨਾਂ ਦੁਆਰਾ ਮਹੱਤਵ ਵੀ ਦੱਸਿਆ ਗਿਆ। ਕੈਮਰਾਮੈਨ ਪ੍ਰਦੀਪ ਦੇ ਨਾਲ ਗੁਰਪ੍ਰੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਸ਼੍ਰੀ ਅਨੰਦਪੁਰ ਸਾਹਿਬ।